ਕੀ ਹੈ ਜੀ ਪੂਰਾ ਮਾਮਲਾ ਜੀ? ਅੰਡਰ ਦੀ ਏਬਲ ਗਾਈਡੈਂਸ ਆਫ ਸੀਪੀ ਜਲੰਧਰ, ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਪਿੱਛੇ ਆਏ ਦਿਨਾਂ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੀ ਕਿ ਆਪਾਂ ਐਫ ਆਈ ਆਰ 126/2024 ਦਰਜ ਪਹਿਲਾਂ ਕੀਤੀ ਹੋਈ ਸੀ। ਇਸ ਇੰਸੀਡੈਂਟ ਦੇ ਵਿੱਚ ਸਨੈਚਿੰਗ ਵਿਦ ਗਨ ਪੁਆਇੰਟ ਹੋਈ ਸੀ। ਇੱਕ ਐਕਟਿਵਾ 'ਤੇ ਬੰਦਾ ਜਾ ਰਿਹਾ ਸੀ ਜਿਹਦਾ ਨਾਮ ਸੁਰਜੀਤ ਠਾਕੁਰ ਸੀ, ਪੁੱਤਰ ਵੀਰ ਸਿੰਘ। ਉਹ ਜਾਂਦੇ ਹੋਏ ਅਨਨੋਨ ਜਿਹੜੇ ਤਿੰਨ ਬੰਦਿਆਂ ਨੇ ਉਹਨੂੰ ਗਨ ਪੁਆਇੰਟ 'ਤੇ ਡਰਾ ਕੇ ਉਹਦੇ ਤੋਂ ਜਿਹੜਾ ਬੈਗ ਹਾਸਿਲ ਕੀਤਾ ਅਤੇ ਸਨੈਚ ਕਰਨ 'ਚ ਸਕਸੈਸਫੁਲ ਹੋ ਗਈ ਸੀ। ਉਸ ਬੈਗ ਦੇ ਵਿੱਚ 40,000 ਰੁਪਇਆ ਅਤੇ ਕੁਛ ਅਕਾਊਂਟਸ ਦੀ ਬੁੱਕ ਸੀ। ਉਸੀ ਲੜੀ ਨੂੰ ਫੋਲੋ ਕਰਦੇ ਹੋਏ ਇੱਕ ਅਰੈਸਟ ਅਸੀਂ ਕੀਤੀ ਹੈ ਜਿਹਦੇ ਵਿੱਚ ਕਿ ਦੋਸ਼ੀ ਪੰਕਜ ਪੁੱਤਰ ਸ਼ੁਕਰਦਾਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ। ਇਹਦੇ ਕੋਲੋਂ ਇੱਕ 3.315 ਬੋਰ ਦਾ ਕੱਟਾ ਬਰਾਮਦ ਹੋਇਆ ਅਤੇ 2 ਲਾਈਵ ਐਮੀਨੇਸ਼ਨ ਇਹਦੇ ਤੋਂ ਬਰਾਮਦ ਕੀਤੀ ਗਈ ਹੈਗੀ। ਅਤੇ ਇਹਨੂੰ ਹੁਣ ਅਸੀਂ ਰਿਮਾਂਡ 'ਤੇ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਡੇ ਲੋਕਅਪ ਦੇ ਵਿੱਚ ਹੈ ਅਤੇ ਫਾਰਵਰਡ ਐਂਡ ਬੈਕਵਰਡ ਲਿੰਕੇਜਸ ਫਾਇੰਡ ਆਊਟ ਕਰਨ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਅਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਹਾਂਜੀ, ਇਹ ਹੈਬਿਚੁਅਲ ਅਫੈਂਡਰ ਹੈ। ਇਹਦੇ 'ਤੇ ਪਹਿਲਾਂ 2 ਮੁਕੱਦਮੇ ਦਰਜ ਹਨ। ਇੱਕ ਤਾਂ ਜਿਹੜਾ 20 FIR/23 ਦੀ ਹੈਗੀ ਜਿਹਦੇ ਵਿੱਚ ਕਿ 302/364/148/149 IPC ਦੇ ਤਹਿਤ ਕੀਤੀ ਸੀ, ਜਿਹਦੇ ਵਿੱਚ ਕਿ ਉਦੋਂ ਜੋਵੇਨਾਈਲ ਸੀਗਾ। ਅਤੇ ਹੁਣ ਇੱਕ ਹੋਰ ਮੁਕੱਦਮਾ 108/2023 ਦਾ, 323/341/506/148/149 ਦਾ ਮੁਕੱਦਮਾ ਇਹਦੇ 'ਤੇ ਦਰਜ ਹੈ ਜੀ।